ਰੋਜ਼ ਦੀ ਤਰ੍ਹਾਂ ਅੱਜ ਵੀ ਕਹਬੋਰ ਤੋਂ ਨਵਾਂ ਮਾਮਲਾ ਸਾਹਮਣੇ ਆਇਆ। ਲੁਟੇਰਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਸਥਾਨਕ ਲੋਕਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਰ ਇਸ ਖਬਰ ਦੀ ਗੱਲ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ ਕਿ ਚੋਰ ਨੇ ਚੋਰੀ ਕੀਤੀ ਕਿਸ ਜਗ੍ਹਾ ਤੇ। ਚੋਰ ਵੱਲੋਂ ਕੈਮਰੇ ਤੇ ਆਪਣਾ ਜੁਰਮ ਕਬੂਲ ਕੀਤਾ ਗਿਆ, ਜਿਸ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਆਲੇ ਦੁਆਲੇ ਟੁੱਟਿਆ ਸਮਾਨ, ਖਿਲਰੀਆਂ ਚੀਜ਼ਾਂ ਦੇਖ ਕੇ ਤੁਹਾਨੂੰ ਸਾਫ਼ ਸਮਝ ਆ ਜਾਵੇਗਾ ਕਿ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵਿੱਚ ਖਾਸ ਕੀ ਹੈ। ਇਸ ਤਰ੍ਹਾਂ ਦੇ ਮਾਮਲੇ ਤਾਂ ਹਰ ਰੋਜ਼ ਸਾਹਮਣੇ ਆਉਂਦੇ ਨੇ। ਇਸ ਵਿੱਚ ਖਾਸ ਕੀ ਸੀ? ਜਿਸ ਦਫ਼ਤਰ ਵਿੱਚ ਚੋਰੀ ਕਰਨ ਆਇਆ ਚੋਰ, ਉਹ ਦਫ਼ਤਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਿਸ਼ਤੇਦਾਰਾਂ ਤੇ ਉਹਨਾਂ ਦੇ ਬੇਟੇ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਤੋਂ ਪਤਾ ਲੱਗਾ ਕਿ ਚੋਰ ਕੰਧ ਟੱਪ ਕੇ ਅੰਦਰ ਗਿਆ ਤੇ ਜਦੋਂ ਉਹ ਚੋਰੀ ਦਾ ਸਮਾਨ ਲੈ ਕੇ ਫਰਾਰ ਹੋਣ ਜਾ ਰਿਹਾ ਸੀ ਤਾਂ ਸਥਾਨਕ ਲੋਕਾਂ ਵੱਲੋਂ ਉਸ ਨੂੰ ਕਾਬੂ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ। ਫਿਰ ਉਸ ਦੀ ਵੀਡੀਓ ਬਣਾ ਕੇ ਜੁਰਮ ਕਬੂਲ ਕਰਵਾਇਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਚੋਰੀ ਕੀ ਹੈ ਨਾ ਕੀ ਹੈ ਨਾ ਟੂਟੀ ਚੋਰੀ ਕਰੀ ਹੋਰ ਕਿਆ ਕਹਾਂ ਕਹਾਂ ਸੇ ਲੈ ਕੇ ਆਇਆ ਯੇ ਟੂਟੀ ਚੱਕੀ ਯੇ ਗਲੀ ਗਲੀ ਨੰਬਰ ਕਿਤਨਾ ਹੈ ਗਲੀ ਨੰਬਰ ਚਿੱਟਾ ਪਿੱਤਾ ਹੈ ਕਹਾਂ ਰਹਤਾ ਹੈ ਸੰਤ ਨਗਰ ਰਹੂੰ ਮੈਂ ਸੰਤ ਨਗਰ ਮੈਂ ਹੋਰ ਕੌਣ ਚੋਰੀ ਕਰਤਾ ਹੈ ਹੋਰ ਕਿਸੇ ਦਾ ਕੌਣ ਪਤਾ ਤੋ ਵੀ ਬੋਲ ਰਹਾ ਤਾ ਨਾ ਕਿ ਮੈਂ ਬਤਾਤਾ ਹੂੰ ਛੋਰਾ ਇੱਕ ਹੋਰ ਹੈ ਮਾਂਡੂ ਮਾਂਡੂ ਇੰਦਰਾ ਨਗਰੀ ਦਾ ਉਹ ਕਰਾ ਚੋਰੀ ਤੇਰਾ ਨਾਮ ਕੀ ਹੈ ਮੇਰਾ ਨਾਮ ਕਾਸ਼ ਹੈਗਾ ਕਾਸ਼ ਹੈ ਨਾ ਅੱਗੇ ਕਿਤਨੀ ਵਾਰ ਚੋਰੀ ਕੀ ਹੈ ਅੱਜ ਕਿਆ ਕਿਆ ਚੁਰਾ ਹੈ ਯਾਰ ਟੂਟੀ ਚੱਕੀ ਹੈਗੀ ਹੈ ਮੈਂ ਸ਼ੀਸ਼ਾ ਤੋੜ ਕੇ ਅੰਦਰ ਘੁਸਾ ਤਾ ਨਾ ਸ਼ੀਸ਼ਾ ਪਹਿਲਾਂ ਕੇ ਜਾਣੀ ਥਾ ਸਹੀ ਅੜਦੇ ਸੀ ਸ਼ੀਸ਼ਾ ਤੋੜਾ ਨਹੀਂ ਸ਼ੀਸ਼ਾ ਮੈਂ ਕੌਣ ਤੋੜਾ ਭਾਈ ਸ਼ੀਸ਼ਾ ਮੈਂ ਆਗੇ ਅਭੀ ਸਹੀ ਪਤਾ ਯਾਰ ਮੈਂ ਆਗੇ ਸ਼ੀਸ਼ਾ ਕੌਣ ਤੋੜਾ ਟੂਟੀ ਜ਼ਰੂਰ ਤੋੜ ਇਹ ਮਾਰਨਿੰਗ ਸਾਨੂੰ ਇੱਕ ਕੰਪਲੇਂਟ ਰਿਸੀਵ ਹੋਈ ਸੀ ਵੀ ਇੱਕ ਕੋਈ ਅਣਪਛਾਤ ਨੌਜਵਾਨ ਜਿਹੜਾ ਹੈਗਾ ਕਿਸੇ ਘਰ 'ਚ ਰੋਬਰੀ ਦੇ ਅਟੈਂਪਟ ਲਈ ਘਰ ਐਂਟਰ ਕੀਤਾ ਅਤੇ ਉਹ ਘਰਦਿਆਂ ਵੱਲੋਂ ਐਪਰੀਹੈਂਡ ਕੀਤਾ ਗਿਆ ਸੀਗਾ ਜਿਸ ਸੰਬੰਧੀ ਪੁਲਿਸ ਪਾਰਟੀ ਉੱਥੇ ਪਹੁੰਚ ਕੇ ਉਹਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਜਿਸ ਸੰਬੰਧੀ ਅਸੀਂ ਉਹ ਤੋਂ ਪੁੱਛਗਿੱਛ ਕਰ ਰਹੇ ਹਾਂ ਜਿਹੜੀ ਵੀ ਸਾਡੇ ਕੋਈ ਹਾਲਾਤ ਜਾਂ ਕੋਈ ਚੋਰੀਆਂ ਜਿਹੜੀਆਂ ਵੀ ਹੈਗੀਆਂ ਉੱਥੇ ਪਹਿਲਾਂ ਵੀ ਆਇਆ ਤਫਤੀਸ਼ ਦੌਰਾਨ ਵੀ FIR ਹੈਗੀਆਂ ਅਤੇ ਜੇ ਕੋਈ ਸਾਡੇ ਕੋਲ ਕ੍ਰਾਈਮ ਉੱਦਾਂ ਦਾ ਹੁੰਦਾ ਰਿਪੋਰਟ ਹੁੰਦਾ ਤਾਂ ਉਸ 'ਤੇ ਅਸੀਂ ਬਣਦੀ ਕਾਰਵਾਈ।